25 ਤਰੀਕ ਦੀ ਸਵੇਰੇ ਤਕਰੀਬਨ 3:15 ਵਜੇ ਇੱਕ ਇੱਥੇ ਹਾਈਵੇ ਤੇ ਮਾਧੋਪੁਰ ਚੌਂਕ ਤੇ ਉੱਗੇ ਇੱਕ ਮਿੰਨੀ ਟਰੱਕ ਸੀਗਾ, ਬੰਦਾ ਉਹ ਪ੍ਰਦੀਪ ਕੁਮਾਰ ਨਾਮ ਦਾ ਬੰਦਾ ਡਰਾਈਵਰ, ਉਹ ਚਲਾ ਕੇ ਆ ਰਿਹਾ ਸੀਗਾ। ਸਵੇਰੇ 3:15 ਵਜੇ ਤਿੰਨ ਮੁੰਡੇ ਮੋਟਰਸਾਈਕਲ ਤੇ ਆਏ ਸੀਗੇ ਤੇ ਉਹਦਾ ਮਿੰਨੀ ਟਰੱਕ ਤਲਵਾਰਾਂ ਚਾਕੂ ਦਿਖਾ ਕੇ ਉੱਥੋਂ ਖੋਹ ਕੇ ਲੈ ਗਏ ਸੀਗੇ, ਨਾਲ ਉਹਦਾ ਮੋਬਾਈਲ ਫੋਨ ਖੋਹ ਕੇ ਲੈ ਗਏ ਸੀ। ਫਿਰ ਅਸੀਂ ਉਸੇ ਦਿਨ ਉਹਦੇ ਬਿਆਨ ਤੇ ਮੁਕਦਮਾ ਨੰਬਰ 30 ਅੰਡਰ ਸੈਕਸ਼ਨ 392 411 34 ਅਸੀਂ ਰਜਿਸਟਰ ਕੀਤਾ ਸੀ ਸਰਹੰਦ ਥਾਣੇ ਦੇ ਵਿੱਚ। ਤੇ ਉਹ ਉਦੋਂ ਬਹੁਤ ਹੀ SHO ਗੁਰਵਿੰਦਰ ਸਿੰਘ, ਜਿਹੜੇ SHO ਸਰਹੰਦ ਤੇ ਉਹਨਾਂ ਦੀ ਟੀਮ ਨੇ ਬੜੀ ਮਿਹਨਤ ਕਰਕੇ ਅਗਲੇ ਦਿਨ ਹੀ ਜਿਹੜੇ ਇਹਦੇ ਚ ਦੋ ਦੋਸ਼ੀ ਗ੍ਰਿਫਤਾਰ ਕਰ ਲਏ ਸੀ। ਜਿਹੜਾ ਉਹਨਾਂ ਚ ਇੱਕ ਦੋਸ਼ੀ ਹੈਗਾ ਗੁਰਪ੍ਰੀਤ ਸਿੰਘ ਹੈ ਤਰਨ ਤਾਰਨ ਦਾ, ਤੇ ਨਾਲ ਮਨਦੀਪ ਸਿੰਘ ਹੈ ਤਰਨ ਤਾਰਨ ਦਾ। ਤੇ ਇਹਨਾਂ ਕੋਲ ਜਿਹੜਾ ਉਹ ਮਿੰਨੀ ਟਰੱਕ ਸੀਗਾ ਉਹ ਵੀ ਰਿਕਵਰ ਹੋ ਗਿਆ, ਜਿਹੜਾ ਇਹਨਾਂ ਨੇ ਮੋਟਰਸਾਈਕਲ ਵਾਰਦਾਤ ਵੇਲੇ ਯੂਜ ਕੀਤਾ ਉਹ ਮੋਟਰਸਾਈਕਲ ਵੀ ਰਿਕਵਰ ਹੋ ਗਿਆ। ਉਹ ਮੋਟਰਸਾਈਕਲ ਹਾਲੇ ਤੱਕ ਜੋ ਸਾਡੀ ਮੁੱਢਲੀ ਪੁੱਛਗਿੱਛ ਚ ਸਾਹਮਣੇ ਆਈ ਹੈ ਗੱਲ, ਉਹ ਵੀ ਇਹਨਾਂ ਨੇ ਚੋਰੀ ਕੀਤਾ ਹੋਇਆ, ਉਹ ਵੇਲੇ ਅਸੀਂ ਵੈਰੀਫਾਈ ਕਰਨਾ ਕਿੱਥੋਂ ਚੋਰੀ ਹੋਇਆ। ਉਸ ਤੋਂ ਬਾਅਦ ਹਲੇ ਸਾਡੀ ਕਈ ਪੰਜਾਬ ਦੇ ਅਨੰਦਪੁਰ ਸਾਹਿਬ, ਤਰਨ ਤਾਰਨ, ਹਰ ਥਾਂ ਅਸੀਂ ਰੇਡਸ ਕੀਤੀਆਂ ਜਿੱਥੇ ਜਿੱਥੇ ਇਹਨਾਂ ਦੇ ਟਿਕਾਣੇ ਸੀਗੇ। ਤੇ ਉੱਥੋਂ ਸਾਨੂੰ ਉਸ ਤੋਂ ਬਾਅਦ ਪੁੱਛਗਿੱਛ ਸਾਨੂੰ ਇਹਨਾਂ ਨੇ ਇੱਥੇ ਆਦਮਪੁਰ ਦੇ ਲਾਗੇ ਇਹਨਾਂ ਤੋਂ ਦੋ ਮੋਟਰਸਾਈਕਲ ਹੋਰ ਚੋਰੀ ਦੇ ਰਿਕਵਰ ਹੋਏ ਨੇ। ਹਲੇ ਸਾਡੀ ਇੱਕ ਇਹਨਾਂ ਦਾ ਸਾਥੀ, ਇੱਕ ਨਾਲ ਜਿਹੜਾ ਤੀਜਾ ਸਾਥੀ ਹੈ ਜਦ ਤੱਕ ਹੋਰ ਪੁੱਛਗਿੱਛ ਸਾਹਮਣੇ ਆਇਆ, ਉਹਦਾ ਨਾਮ ਹੈ ਸੁੱਖਾ ਦੱਸਦੇ, ਸੁਖਜੀਤ ਸਿੰਘ ਸੁੱਖਾ, ਉਹ ਵੀ ਉੱਧਰ ਤਰਨ ਤਾਰਨ ਲਾਗੇ ਕਿਸੇ ਪਿੰਡ ਦਾ ਹੈਗਾ। ਉਹ ਸਾਡੀ ਤਫਤੀਸ਼ ਜਾਰੀ ਹੈ, ਜਲਦ ਤੋਂ ਜਲਦ ਉਹਨੂੰ ਫੜਾਂਗੇ। ਜਿਹੜਾ ਤਾਂ ਗੁਰਪ੍ਰੀਤ ਹੈ ਉਹਦੇ ਤੇ ਤਾਂ ਹਾਲੇ ਤੱਕ ਕੋਈ ਕੇਸ ਸਾਹਮਣੇ ਆਇਆ ਨਹੀਂ ਹੈਗਾ। ਜਿਹੜਾ ਮਨਦੀਪ ਸਿੰਘ ਹੈ ਇਹਦੇ ਤੇ ਇੱਕ ਤਾਂ 302 ਦਾ ਮੁਕਦਮਾ ਹੈਗਾ ਸੀ ਡਿਵੀਜ਼ਨ ਦਾ। ਵੈਸੇ ਇਹਦੇ ਦੱਸਣ ਮੁਤਾਬਿਕ ਇਹ ਕਹਿੰਦਾ ਹੈ ਕਿ ਮੈਂ ਉਹਦੇ ਚ ਬਰੀ ਹੋ ਚੁੱਕੇ ਹਾਂ, ਬਟ ਹਲੇ ਅਸੀਂ ਵੈਰੀਫਾਈ ਨਹੀਂ ਹੋਈ ਗੱਲ, ਅਸੀਂ ਦੇਖ ਰਹੇ ਹਾਂ। ਪਰ ਮੁਕਦਮਾ ਇੱਥੇ ਜ਼ਰੂਰ ਸੀਗਾ। ਇੱਕ ਇਹਦੇ ਤੇ 26 ਨੰਬਰ ਮੁਕਦਮਾ 2021 ਦਾ, ਥਾਣਾ ਸਦਰ ਪੱਟੀ ਦਾ, 295/450/380 ਦਾ ਚੋਰੀ ਦਾ, ਤੇ ਉਹ ਹਲੇ ਹੱਲ ਕਰਾਇਆ ਜਾ ਰਿਹਾ। ਸਰ ਜਿਹੜੀ ਇਨਵੈਸਟੀਗੇਸ਼ਨ ਕੀਤੀ ਹੈ, ਤੁਹਾਨੂੰ ਲੱਗਦਾ ਗਰੋਹ ਕਰਦਾ ਬੱਚਾ ਕਿ ਕੀ ਖਾਸ ਚੀਜ਼ ਲੱਗਦੀ? ਦੇਖੋ ਜੀ, ਲੱਗਦਾ ਤਾਂ ਹੈਗਾ ਹੀ ਆ, ਹੁਣ ਹਾਈਵੇ ਤੇ ਅੱਧੀ ਰਾਤ ਨੂੰ ਆ ਕੇ ਖੋਹ ਕਰਨੀ ਕੋਈ ਆਮ ਬੰਦਾ ਤਾਂ ਕਰ ਨਹੀਂ ਸਕਦਾ। ਅਸੀਂ ਤਾਂ ਵੀ ਥੋੜ੍ਹਾ ਤੁਹਾਡੇ ਨਾਲ ਵੀ ਇੱਕ ਦਿਨ ਲੇਟ ਹੀ ਪ੍ਰੈਸ ਕਾਨਫਰੰਸ ਕਰ ਰਹੇ ਹਾਂ, ਕਿਉਂਕਿ ਸਾਡੀ ਟੀਮ ਬਾਹਰ ਹੀ ਤੁਰੀ ਫਿਰੀ ਰਹੀ ਅੱਗੇ ਤੋਂ ਅੱਗੇ ਦੇ ਲੱਗਣ। ਕੋਈ ਹੋਰ ਡਿਟੇਲਸ ਆਉਣਗੀਆਂ ਤੁਹਾਡੇ ਨਾਲ ਜ਼ਰੂਰ ਸਾਂਝੀ। ਇਹਨਾਂ ਦਾ ਸਰਗਰਾ ਕੌਣ ਹੈ? ਜਿਵੇਂ ਸਰਗਰਾ ਦੀ ਹਾਲੇ ਤੱਕ ਜੋ ਗੱਲ ਆਈ ਹੈ ਮਨਦੀਪ ਹੀ ਹੈ ਸਰ, ਕਿਉਂਕਿ ਜਿਹੜਾ ਇਹ ਦੱਸਦੇ ਆ ਜਿਹੜਾ ਤੀਜਾ ਬੰਦਾ ਸੁਖਜੀਤ ਹੈ, ਉਹ ਦੱਸਦੇ ਆ ਕਿ ਮਤਲਬ ਵਾਰਦਾਤ ਤੋਂ 3-4 ਦਿਨ ਪਹਿਲਾਂ ਹੀ ਜੇਲ੍ਹ ਚੋਂ ਬਾਹਰ ਆਇਆ, ਉਹ ਤਾਂ ਹਲੇ ਆਇਆ ਹੀ ਸੀਗਾ, ਨਾਲ ਉਹਨੇ ਇਨਵੋਲਵ ਕਰ ਲਿਆ। ਪਰ ਇੱਕ ਵਾਰ ਜਦੋਂ ਉਹ ਅਰੈਸਟ ਹੋ ਜਾਊਗਾ ਫਿਰ ਕਹਾਣੀ 100%। ਕਿੰਨੀਆਂ ਕੁ ਵਾਰਦਾਤਾਂ ਕੀਤੀਆਂ ਇਹਨਾਂ ਨੇ ਫਤਿਹਗੜ੍ਹ ਸਾਹਿਬ ਤੇ? ਫਤਿਹਗੜ੍ਹ ਸਾਹਿਬ ਦੀ ਹਲੇ ਕੋਈ ਵਾਰਦਾਤ ਸਾਹਮਣੇ ਨਹੀਂ ਆਈ। ਕੀ ਕੁਛ ਰਿਕਵਰ ਹੈ? ਟੋਟਲ ਰਿਕਵਰੀ ਕੀ? ਟੋਟਲ ਰਿਕਵਰੀ ਜੀ, ਇੱਕ ਤਾਂ ਜਿਹੜਾ ਟਰੱਕ ਖੋਹ ਹੋਇਆ ਸੀ ਮਿੰਨੀ ਟਰੱਕ ਹੈ ਅਸ਼ੋਕਾ ਲੀਲੈਂਡ ਦਾ, ਉਹ ਹੈਗਾ ਜੀ। ਇੱਕ ਵਾਰਦਾਤ ਵੇਲੇ ਵਰਤਿਆ ਪਲਸਰ ਮੋਟਰਸਾਈਕਲ, ਇੱਕ ਦੋ ਕਿਰਪਾਨਾਂ ਜਿਹੜੀਆਂ ਇਹਨਾਂ ਨੇ ਵਾਰਦਾਤ ਚ ਵਰਤੀਆਂ ਸੀਗੀਆਂ, ਇਸ ਤੋਂ ਇਲਾਵਾ ਦੋ ਚੋਰੀ ਦੇ ਹੋਰ ਮੋਟਰਸਾਈਕਲ ਇਹਨਾਂ ਕੋਲ ਕਵਰ। ਬੇਸਿਕਲੀ ਮਤਲਬ ਕੰਮ ਕੀ ਕਰਦੇ ਨੇ ਜੀ? ਇਹ ਕੰਮ ਕਾਜ ਕੀ ਕਰਦੇ ਨੇ ਦੱਸਿਆ? ਕੰਮ ਕੁਛ ਨਹੀਂ ਹੈ ਜੀ, ਮਤਲਬ ਜੋ ਕੋਈ ਇਹਨਾਂ ਦਾ ਪੱਕਾ ਟਿਕਾਣਾ ਵੀ ਨਹੀਂ ਹੈਗਾ, ਕੁਛ ਕੰਮ ਨਹੀਂ। ਸਰ ਆਸ ਹੈ ਕੋਈ ਅੱਗੇ ਰਿਕਵਰ ਹੋਰ ਲੱਗਦਾ ਵੱਡਾ ਕੋਈ ਹੈ? ਜੀ ਹੈ, ਜ਼ਰੂਰ ਹੈ। ਦੇ ਵਿੱਚ ਇਹ ਵੀ ਸਾਹਮਣੇ ਇੱਕ ਨਿਹੰਗ ਸਿੰਘ ਸੀ, ਉਹ ਪਹਿਲਾਂ ਕੋਈ ਹੋਰ ਧਰਮ ਸੀਗਾ, ਉਹਨੇ ਆਧਾਰ ਕਾਰਡ ਦਾ ਵੀ ਕੁਝ ਮਾਮਲਾ ਸੀ ਸਾਹਮਣੇ? ਨਹੀਂ, ਇਹ ਜੀ ਗੱਲ ਕੋਈ ਹਲੇ ਸਾਹਮਣੇ ਨਹੀਂ ਆਈ। ਵੈਸੇ ਇਹ ਹੈ ਕਿ ਜਿਹੜੀ ਇਹ ਗੱਲ ਜਦੋਂ ਜਿਹੜੀ ਸਾਨੂੰ ਪਹਿਲੀ ਗੱਲ ਵਧਾਈ ਨੇ ਦੱਸੀ ਸੀ ਕਿ ਉਦੋਂ ਨਿਹੰਗ ਟਾਈਪ ਬਾਣੇ ਚ ਸੀ, ਆਪਾਂ ਨਿਹੰਗ ਵਰਡ ਯੂਜ਼ ਕਰਨਾ ਗਲਤ ਹੋਊਗਾ ਇੱਥੇ, ਮਤਲਬ ਉਹਦੀ ਅਪੀਅਰੈਂਸ ਤੇ ਦੇਖਣ ਤੋਂ ਉਹ ਜੇ ਲੱਗਦੇ ਸੀ। ਪਰ ਉਹਦੇ ਹੁਣ ਅਸੀਂ ਇਹ ਵੀ ਮੰਨਦੇ ਹਾਂ
ਰਾਤ ਨੂੰ 3:15 ਦੀ ਆਵਾਜ਼ ਆਉਂਦਾ, ਡਰਾਈਵਰ ਵੀ ਮਿਲਣਾ ਹੁੰਦਾ ਕਿ ਐਗਜ਼ੈਕਟ ਉਹਨੇ ਮਤਲਬ ਸੀਗਾ ਨਹੀਂ ਸੀਗਾ, ਠੀਕ ਹੈ ਨਾ। ਤਾਂ ਨਿਹੰਗ ਵਰਡ ਯੂਜ਼ ਕਰਨਾ ਗਲਤ ਹੈ, ਹਾਂ, ਪਰ ਉਹਦੇ ਵਰਗੀ ਅਪੀਅਰੈਂਸ ਜੋ ਜ਼ਰੂਰ ਸੀ। ਲੁੱਟ ਖੋ ਕਿੱਦਾਂ ਕਰਦੇ ਸੀ, ਕਿਰਪਾਨ ਦੇ ਨੋਕ ਤੇ ਜਾਂ ਫਿਰ ਕੁਛ ਹੋਰ ਮਿਰਚਾਂ ਵਗੈਰਾ ਜਾਂ ਕਿੱਦਾਂ ਕੁਛ? ਨਹੀਂ, ਕਿਰਪਾਨ ਤੇ ਜਿਵੇਂ ਜਿਹੜੀ ਆਹ ਵਾਰਦਾਤ ਹੋਈ ਹੈ ਇਹਦੇ 'ਚ ਐਵੇਂ ਆ ਸਰ, ਜੇ ਜਿਵੇਂ ਟਰੱਕ ਡਰਾਈਵਰ ਆ ਰਿਹਾ ਸੀ ਵੀ ਸ਼ੀਸ਼ੇ ਦੇ ਧੁੰਦ ਦੀ ਜਾਣਗੀ, ਇਹਨੇ ਟਰੱਕ ਰੋਕ ਕੇ ਆਪਣਾ ਸ਼ੀਸ਼ਾ ਸਾਫ਼ ਕਰ ਰਿਹਾ ਸੀ, ਉਸੇ ਟਾਈਮ ਉਹ ਤਿੰਨ ਮੁੰਡੇ ਮੋਟਰਸਾਈਕਲ ਤੇ ਆਏ, ਦੋ ਜਣੇ ਟਰੱਕ ਦੇ ਵਿੱਚ ਵੜ ਗਏ, ਇਹਦੇ ਕਿਰਪਾਨਾਂ ਨਾਲ ਇਹਨੂੰ ਰਾਹ ਧਮਕਾ ਕੇ ਇਹਦੀ ਗੱਡੀ ਖੋਹ ਕੇ ਲੈ ਗਏ।